ਵੀ ਲੱਗ ਗਿਆ ਪਹਿਲਾਂ ਤੇ ਜਿਹੜਾ ਸਾਡੇ ਕੋਲ ਸੀਡ ਦਾ ਅਸੀਂ ਤਿਆਰ ਕੀਤਾ ਉਹਦੇ ਵਿੱਚ ਸਾਡਾ ਮਿਸ਼ਨ ਹੈ ਕਿ 2000 ਪੌਦਾ ਜਿਹੜਾ ਵੇ ਉਹ ਅਸੀਂ ਉਹਦੀ ਪਲਾਂਟੀਨੇਸ਼ਨ ਕਰ ਚੁੱਕੇ ਹਾਂ ਉਹਦੇ ਸੀਡ ਅਸੀਂ ਆਲਰੇਡੀ ਲਾ ਚੁੱਕੇ 2000 ਬੂਟੇ ਦੇ ਅਤੇ ਸਾਡਾ ਟਾਰਗੇਟ ਕਿ ਅਸੀਂ ਜਲੰਧਰ ਸਿਟੀ ਦੇ ਅੰਦਰ ਅੰਦਰ ਜਿੱਥੇ ਕਿ ਸਾਨੂੰ ਘਾਟ ਲੱਗਦੀ ਹੈ ਕਿ ਇਹ ਇੱਕ ਬਹੁਤ ਹੀ ਹਰਬਲ ਔਸ਼ਧੀ ਹੈ ਔਰ ਇਹ ਲਾਈ ਇਸ ਕਰਕੇ ਜਾ ਰਹੀ ਹੈ ਕਿ ਜਿਹੜੇ ਲੋਕ ਵਿਚਾਰੇ ਜਾਮਨ ਖਰੀਦ ਨਹੀਂ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ, ਜਿੱਦਾਂ ਇਹ ਸਾਲ ਦੇ ਵਿੱਚ ਇੱਕ ਵਾਰੀ ਹੁੰਦਾ ਅਤੇ ਸ਼ੁਰੂਆਤ ਦੇ ਵਿੱਚ ਜਾਮਨ ਖਰੀਦ ਨਹੀਂ ਸਕਦੇ, ਇਟਸ ਟੂ ਮੱਚ ਕੋਸਟ, ਬਹੁਤ ਕੋਸਟਲੀ ਹੁੰਦਾ, ਉਹਨੂੰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਇਹ ਬਹੁਤ ਸੂਟੇਬਲ ਕਰਦਾ ਜਿੱਦਾਂ ਸ਼ੂਗਰ ਵਾਸਤੇ ਜਾਂ ਹੋਰ ਕਈ ਬਿਮਾਰੀਆਂ ਹੁੰਦੀਆਂ ਨੇ ਉਹਦੇ ਵਾਸਤੇ ਵੀ ਇਹ ਲੋਕ ਜਿਹੜਾ ਵੇ ਇਹਨੂੰ ਫ੍ਰੀ ਆਫ ਕੋਸਟ ਖਾ ਸਕਦੇ ਆ, ਪਰ ਇਹਦੇ ਵਾਸਤੇ ਸਟਿਲ ਸਾਨੂੰ ਵੇਟ ਕਰਨੀ ਪਏਗੀ, 4 ਤੋਂ 5 ਸਾਲ ਬਾਅਦ ਇਹ ਬੂਟੇ ਜਦੋਂ ਤਿਆਰ ਹੋ ਜਾਣਗੇ ਫਿਰ ਸਾਨੂੰ ਭਰਪੂਰ ਜਾਮਨ ਜਿਹੜੇ ਨੇ ਉਹ ਫ੍ਰੀ ਆਫ ਕੋਸਟ ਹੀ ਜਲੰਧਰ ਦੇ ਵਿੱਚ ਮਿਲਣਗੇ ਅਤੇ ਆਕਸੀਜਨ ਵੀ ਨਾਲ ਮਿਲੇਗੀ ਔਰ ਨਾਲ ਇਹ ਬਰਸਾਤ ਦਾ ਕੰਮ ਕਰਦਾ ਵੀ ਬਰਸਾਤ ਵੀ ਲੈ ਕੇ ਆਉਂਦਾ ਕਿਉਂਕਿ ਇਹ ਬਰਸਾਤ ਦੇ ਮੌਸਮ 'ਚ ਜ਼ਿਆਦਾ ਤੋਂ ਜ਼ਿਆਦਾ ਹੁੰਦਾ। ਸਾਡਾ ਮਿਸ਼ਨ ਤਾਂ ਇਹ ਹੀ ਹੈ ਔਰ ਇਹ ਅਸੀਂ ਸਾਰੀ ਸਤਿਗੁਰੂ ਕਬੀਰ ਆਲ ਓਵਰ ਆਲ ਇੰਡੀਆ ਸਤਿਗੁਰੂ ਕਬੀਰ ਸਭਾ ਦੇ ਥਰੂ ਅਸੀਂ ਇਸ ਮਿਸ਼ਨ ਨੂੰ ਜਿਹੜਾ ਵੇ ਸ਼ੁਰੂ ਕੀਤਾ ਵੇ ਔਰ ਅਸੀਂ ਉਸ ਸੱਚੇ ਪਾਤਸ਼ਾਹ ਸਤਿਗੁਰੂ ਕਬੀਰ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜਿੰਨੇ ਵੀ ਬੂਟੇ ਲਾਏ ਹੈ ਉਹ ਸਾਰੇ ਆਪਣੇ ਤਰੀਕੇ ਔਰ ਨੇਚਰ ਦੇ ਨਾਲ ਹੋਣ ਅਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਕਰਨ ਦੇ ਬੂਟੇ। ਹਾਂਜੀ ਭਾਈ, ਬੋਲੀਏ ਸਤਿਗੁਰੂ ਕਬੀਰ ਸਾਹਿਬ ਕੀ ਜੈ। ਅਸੀਂ ਆਲ ਇੰਡੀਆ ਸਤਿਗੁਰੂ ਕਬੀਰ ਸਭਾ ਨੂੰ ਬੂਟੇ ਲਾਉਣ ਦਾ ਪ੍ਰੋਗਰਾਮ ਮਿੱਥਿਆ, ਇੱਕ ਮਹੀਨਾ ਹੋ ਗਿਆ ਅਸੀਂ ਉਹਦੀ ਤਿਆਰੀ ਕਰ ਰਹੇ ਹਾਂ ਅਤੇ ਇਹ ਗੋਗੀ ਜੀ ਨੇ ਨਿਊਜ਼ੀਲੈਂਡ ਤੋਂ ਦੇਖੋ ਇੰਨਾ ਪਿਆਰ ਬਣਿਆ, ਇਹ ਨਿਊਜ਼ੀਲੈਂਡ ਤੋਂ ਸਾਡੇ ਨਾਲ ਆਏ ਨੇ ਬੂਟੇ ਲਾਉਣ, ਇੱਥੇ ਹੁਣ ਮਹੀਨਾ ਰਹਿਣਗੇ ਅਤੇ ਪੌਦੇ ਲਗਾਉਣਗੇ। ਇੱਦਾਂ ਬੱਚੇ ਨੇ ਨਾਲ ਹੋਰ ਅਸੀਂ ਪੌਦੇ ਤਿਆਰ ਕਰ ਰਹੇ ਹਾਂ, ਪਨੀਰੀ ਤਿਆਰ ਕਰ ਰਹੇ ਹਾਂ, ਲਗਭਗ 10,000 ਬੂਟੇ ਦੀ ਪਨੀਰੀ ਤਿਆਰ ਕਰ ਰਹੇ ਹਾਂ ਅਤੇ ਉਹ ਜਿਹੜੀ ਫਿਰ ਅੱਗੋਂ ਅਸੀਂ ਮਾਰਚ ਵਿੱਚ ਜਾ ਕੇ ਅਤੇ ਪਾਰਕਾਂ ਦੇ ਵਿੱਚ ਲਗਾਵਾਂਗੇ। ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ।